ਦੁਨੀਆ ਦੇ ਕੋਨੇ ਕੋਨੇ 'ਤੇ ਵੱਸਦੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਤੇ ਧੰਨ ਧੰਨ ਬਾਬਾ ਈਸ਼ਵਰ ਸਿੰਘ ਜੀ ਦੀ ਤਪ ਅਸਥਾਨ ਧਰਤੀ ਨਾਨਕ ਸਰ ਕਲੇਰਾਂ। ਇਸ ਧਰਤੀ ਦੇ ਉੱਤੇ ਮਹਾਂਪੁਰਸ਼ਾਂ ਦੇ ਬਚਨ ਹੋਏ ਸਨ ਕਿ ਸਾਧੂਆਂ ਦੀ ਮੰਡੀ ਲੱਗਿਆ ਕਰੋ, ਅਤੇ ਅੱਜ ਨਾਨਕ ਸਰ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਮਹਾਂਪੁਰਸ਼ ਨੇ, ਜਿਨ੍ਹਾਂ ਵਿੱਚੋਂ 2-3-4 ਮਹਾਂਪੁਰਸ਼ ਜਿਹੜੇ ਮੇਨ ਮਹਾਂਪੁਰਸ਼ਾਂ ਦੇ ਵਿੱਚੋਂ ਆਉਂਦੇ ਨੇ। ਪਿਛਲੇ 2-3 ਮਹੀਨਿਆਂ ਤੋਂ ਇੱਥੇ ਇੱਕ ਪਾਰਕਿੰਗ ਬਣਾਉਣ ਦੇ ਲਈ ਸੰਤ ਬਾਬਾ ਲੱਖਾ ਸਿੰਘ ਜੀ ਵੱਲੋਂ ਇੱਕ ਬੇਸਮੈਂਟ ਤਿਆਰ ਕੀਤੀ ਜਾ ਰਹੀ ਸੀ, ਖੱਡਾ ਪੁੱਟਿਆ ਗਿਆ ਸੀ। ਉਸ ਖੱਡੇ ਨੂੰ ਲੈ ਕੇ ਨਾਨਕਸਰ ਸੰਪਰਦਾਇ ਦੀਆਂ ਸੰਗਤਾਂ ਔਰ ਇਲਾਕਾ ਨਿਵਾਸੀ ਪੰਚਾਇਤਾਂ, ਸਰਪੰਚਾਂ, ਪੰਚਾਂ ਦੇ ਵਿੱਚ ਕੁਛ ਰੋਸ ਦੇਖਣ ਨੂੰ ਮਿਲਿਆ, ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਗੱਲਾਂ, ਅਤੇ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਅਸਲ ਮਸਲਾ ਕੀ ਸੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੇਰਾ ਨਾਮ ਜੀ ਸਿਕੰਦਰ ਸਿੰਘ, ਗਾਲੋ ਕਲਾਂ ਤੋਂ ਸਰਪੰਚ ਹਾਂ ਜੀ ਮੈਂ ਮੌਜੂਦਾ। ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ, ਸ਼ਾਂਤੀ ਬਣੀ ਰਹੇ ਸਾਡੀ। ਜੇ ਕੋਈ ਬੈਠ ਕੇ ਕੋਈ ਸਾਡੇ ਨਾਲ ਮਸਲਾ ਹੱਲ ਆ, ਉਹ ਬੈਠ ਕੇ ਕਰ ਲੈਣ। ਪਹਿਲਾਂ ਸਾਡੀ ਅਰਦਾਸ ਹੋਈ ਆ, ਸਾਰਾ ਕੁਛ ਹੋ ਚੁੱਕਿਆ। ਅਸੀਂ ਇੱਕ ਬਾਬੇ ਘਾਲੇ ਨੂੰ ਇਹ ਗੱਲ ਕਹੀ ਸੀ ਵੀ ਟੋਕਰੀ ਚੱਕ ਕੇ ਤੂੰ ਆਪਦੇ ਚਾਰ ਦੁਆਰੀ ਤੋਂ ਬਾਹਰ ਕਰ ਲਾ ਤੁਸੀਂ। ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਵੀ ਅਸੀਂ ਟੋਕਰੀ ਨਹੀਂ ਚੱਕਣੀ ਗੀ, ਵੀ ਸਾਡੀ ਈਸ਼ਰ ਬਾਬਾ ਈਸ਼ਰ ਸਿੰਘ ਜੀ ਨੇ ਸਾਨੂੰ ਕਮਰਾ ਬਣਾ ਕੇ ਦਿੱਤਾ ਵੀ ਜਿੰਨਾ ਚੱਕ ਗੌਰਮੈਂਟ ਨਹੀਂ ਲੱਗਦੀ ਅਸੀਂ ਟੋਕਰੀ ਨਹੀਂ ਚੱਕਣੀ। ਅਸੀਂ ਕਿਹਾ ਵੀ ਤੁਸੀਂ ਆਪਦੇ ਲੰਗਰ 'ਚ ਰੱਖ ਲਓ ਜਾਂ ਆਪਦੇ ਗੁਰੂ ਸਾਹਿਬ ਦਾ ਜਿੱਧਰ ਤੁਹਾਡਾ ਸੱਚਖੰਡ ਆ ਉੱਥੇ ਰੱਖ ਲਓ, ਵੀ ਜਿਹਨੇ ਸੇਵਾ ਪਾਉਣੀ ਉਹਨੇ ਉੱਥੇ ਵੀ ਪਾ ਦੇਣੀ ਹੈ, ਵੀ ਇੱਥੇ ਸਾਰੀ ਸੰਗਤ 'ਤੇ ਵੀ ਮਰਿਆਦਾ ਭੰਗ ਹੁੰਦੀ ਹੈ ਜੀ, ਵੀ ਆਪਾਂ ਮੱਥਾ ਟੇਕਦੇ ਨਹੀਂ, ਆਪਣੇ ਬੋਲ ਲਾਇਓ, ਇੱਧਰ ਆਪਣੀਆਂ ਟੋਕਰੀਆਂ ਰੱਖੀਆਂ ਹੋਈਆਂ ਵੀ ਕਿੱਡੀ ਗੁਰੂ ਕਿੱਥੇ ਤੱਕ। ਆਪਾਂ ਕਹਿੰਦੇ 550 ਸਾਲ ਆ ਗੁਰੂ ਨਾਨਕ ਦੇਵ ਜੀ, ਇੱਥੇ ਤਾਂ ਆਪਣੇ ਦਿਨ ਵੀ ਕਿਹੜੇ ਹੋਏ, ਗੁਰੂ ਨਾਨਕ ਸਾਹਿਬ ਜੀ ਖੁਦ ਹਾਜ਼ਰ ਹੋ ਕੇ ਗਏ ਆ। ਅਤੇ ਮਤਲਬ ਇਹ ਚੀਜ਼ ਸੋਚਣ ਵਾਲੀ ਆ ਵੀ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪਿੱਛੇ ਵੀ ਕਰਨ ਨਾਲ ਕਰਤਾ, ਵੀ ਪੈਸਾ ਮੂਹਰੇ ਕਰਤਾ ਜੀ। ਬਾਬਾ ਆਨੰਦ ਸਿੰਘ ਦੀ, ਬਾਬਾ ਈਸ਼ਰ ਸਿੰਘ ਦੀ, ਕਿਸੇ ਦੀ, ਬਾਬਾ ਸਾਧੂ ਸਿੰਘ ਦੀ ਕੋਈ ਪਰਵਾਹ ਨਹੀਂ ਜੀ ਇਹਨਾਂ ਨੇ ਮੰਨੀ। ਸਾਡੇ ਬਾਬਾ ਜੀ ਇਹੋ ਜਿਹੇ ਸੀ ਸਾਧੂ ਸਿੰਘ, ਕਿਸੇ ਨਾ ਅੱਜ ਤੱਕ ਉਹਨਾਂ ਨੇ ਰਣ ਦਾ ਜਾਂ ਕੋਈ ਕਿਸ ਤਰ੍ਹਾਂ ਦਾ ਵੀ ਕੀਤਾ। ਉਹਨਾਂ ਨੇ ਜਦੋਂ ਵੀ ਸਾਨੂੰ ਆਉਣਾ, ਅਸੀਂ ਘੱਟ ਤੋਂ ਘੱਟ 50-60 ਸਾਲ ਤੋਂ ਆਉਂਦੇ, ਸ਼ਾਂਤੀ ਰੱਖਣਾ, ਸ਼ਾਂਤੀ ਰੱਖਣਾ। ਉਹਨਾਂ ਨੇ ਕਹਿਣਾ ਜਿੱਤ ਸ਼ਾਂਤੀ ਵਾਲੇ ਦੀ ਹੁੰਦੀ, ਹੁਣ ਵੀ ਸਾਡੀ ਸ਼ਾਂਤੀ ਆ। ਅਸੀਂ ਇਹ ਚਾਹੁੰਦੇ ਹਾਂ ਚੱਕਣ ਨਾ ਚੱਕਣ ਟੋਕਰੀ, ਅਸੀਂ ਬਾਬਾ ਜੀ ਲੱਖਾ ਜੀ ਨੂੰ ਬੇਨਤੀ ਕਰਾਂਗੇ ਵੀ ਅਸੀਂ ਟੋਆ ਭਰਾਂਗੇ, ਆ ਕੇ ਕੇਰਾਂ ਕਹਿ ਦੇਣ ਵੀ ਅਸੀਂ ਆਪਦੇ ਵਾਅਦੇ ਤੋਂ ਮੁੱਕਰ ਗਏ ਜੀ, ਬਸ। ਹੋਰ ਸਾਡੀ ਇਹੀ ਬੇਨਤੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਸਾਰੀਆਂ ਸੰਗਤਾਂ ਦਾ ਅਤੇ ਪ੍ਰਸ਼ਾਸਨ ਦਾ, ਪਿੰਡਾਂ ਦੇ ਸਰਪੰਚਾਂ, ਪੰਚਾਂ, ਪੰਚਾਇਤਾਂ ਦਾ, ਸਾਰਿਆਂ ਦਾ ਇਹ ਵਿਚਾਰ ਹੈ ਕਿ ਨਾਨਕਸਰ ਸੰਪਰਦਾਇ ਦੇ ਵਿੱਚ ਜੋ ਵਾਦ ਵਿਵਾਦ ਖੜ੍ਹਾ ਹੋਇਆ ਉਸ ਨੂੰ ਤਿੰਨੇ ਮਹਾਂਪੁਰਸ਼ ਬੈਠ ਕੇ ਨਿਪਟਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।